ਪੂਰਾ ਕਰ ਦੇ ਦੇ ਮਾਨ ਤੇ ਪੁੱਤ ਜਾਨੀ ਭਾਵੇਂ ਆਪਾਂ ਛੋਟੇ ਨਾ ਕਰੇ ਚੰਡੀਗੜ੍ਹ ਤੋਂ ਇੱਕ ਗੱਲ ਯਾਦ ਆ ਗਈ। ਕੁੜੀ ਕਹਿੰਦੀ ਹੈ ਕਿ ਤੁਹਾਡੇ ਪਿੰਡਾਂ ਵਾਲਿਆਂ ਨੂੰ ਅਕਲ ਨਹੀਂ ਹੁੰਦੀ, ਤੁਹਾਨੂੰ ਬੋਲਣ ਦਾ ਨਹੀਂ ਪਤਾ, ਤੁਹਾਨੂੰ ਹਿੰਦੀ ਨਹੀਂ ਬੋਲਣੀ ਆਉਂਦੀ। ਹੁਣ ਅਸੀਂ ਪਿੰਡਾਂ 'ਚ ਰਹਿੰਦੇ, ਸਾਨੂੰ ਤਾਂ ਇੱਦਾਂ ਹੀ ਆਉਂਦਾ ਜੀ, ਕੈਸਾ ਟੋਆ ਪਾਟਾ ਨਾ ਲਾਂਘਾ ਜਾਟਾ ਨਾ ਟਾਪਾ ਜਾਤਾ। ਸੋ ਗੱਲ ਕਰਦੇ ਹਾਂ, ਉਹ ਦੱਸਦੀ ਹੈ ਕਿ ਮੇਰੇ ਬ੍ਰੈਂਡ ਬਹੁਤ ਮੈਂ ਪਾਉਂਦੀ ਹਾਂ, ਮੈਂ ਟੋਮੀ ਪਾਉਂਦੀ ਹਾਂ, ਰੁਗੁੱਚੀ ਪਾਉਂਦੀ, ਨਾਇਕੀ ਪਾਉਂਦੀ, ਪਤਾ ਨਹੀਂ ਕੀ ਕੀ ਤੇਰੇ ਸ਼ਹਿਰ ਦਿਆਂ ਸ਼ਹਿਰੀਆਂ ਦਾ ਹਾਨੇ ਉਹ ਯਾਰ ਵਰਗਾ ਸਵੈਗ ਕੋਈ ਨਾ, ਆ ਤੇਰੀ ਜੀਨ ਦਾ ਬਰੈਂਡ ਬਿੱਲੋ ਬਹਾਰਦਾ, ਆ ਸਾਡੇ ਕੁੜਤੇ ਦਾ ਟੈਗ ਕੋਈ ਨਾ, ਉਹ ਵੱਡਿਆਂ ਘਰਾਂ ਚ ਜੰਮੀ ਪਲੀ ਤੂੰ, ਉਹ ਵੱਡੇ ਉਸ ਦੀ ਨਾ ਬੜੇ ਲੋਕ ਨੇ, ਅਸੀਂ ਪਿੰਡਾਂ ਵਾਲੇ ਸਿੱਧੇ ਸਾਦੇ ਜੇ, ਅਸੀਂ ਭੁੱਲੀ ਜੇ ਸਾਡੇ ਬਿਲੋ ਸ਼ੌਂਕ ਨੀ, ਮੈਂ ਗੁਰੂ ਘਰੇ ਜਾਵਾਂ ਹੋ ਕਿ ਤੂੰ ਦੱਸਣ ਮੈਨੂੰ ਜਾਵੇਂ ਹੋ, ਸਾਰੀ ਫੈਮਿਲੀ ਦੇ ਕੱਪੜੇ ਆ ਜਾਂਦੇ, ਜਿੰਨੇ ਦੀ ਤੇਰੀ ਜੀਨ ਕੁੜੀਏ, ਆਦੇ ਸਰ ਆਦੇ ਸਰ।
ਬਾਪ ਦਿੰਦੀਆਂ ਫਿਰਦਾ ਏ ਵਹਿ ਕਮਾਉਂਦਾ ਕੁੜੀ ਅੱਖਾਂ ਲਾਲ ਦਿੰਦੀਆਂ ਗਜਰੇ ਨੇ ਲੈ ਲਈ ਮੇਰੀ ਜਾਨ ਹਾਏ ਵੇ ਮੈਂ ਤੇਰੇ ਗੁਰਬਾਨ ਹਾਏ
ਤਾਲੀਆਂ ਮਾਰਦੇ ਜੀ ਗਹਿਣੀ ਨਹੀਂ ਔਰ ਜਿੰਨੇ ਮੇਰੇ ਵੀਰ ਇੱਧਰ ਤੋਂ ਘੁੰਮ ਰਹੇ ਆ ਖੂਬਸੂਰਤ ਚਿਹਰਾ ਔਰ ਜਗ੍ਹਾ ਨਹੀਂ ਮਿਲਦੀ ਤਾਂ ਖੂਬਸੂਰਤ ਮੈਟ ਵਿਛੀ ਆ ਜੀ ਤੁਸੀਂ ਬੈਠ ਸਕਦੇ ਹੋ ਆ ਕੇ ਦਰਬਾਰ ਦੇ ਲਾਗੇ ਜਿੰਨੇ ਮੇਰੇ ਵੀਰ ਖੜੇ ਆ ਔਰ ਨਾਲ ਦੀ ਨਾਲ ਪੱਖਿਆਂ ਵਾਲਾ ਵੀਰ ਬਾਈ ਕੋਈ ਪੱਖੇ ਬੰਦ ਪਏ ਨੇ ਪਲੀਜ਼ ਉਹਨਾਂ ਨੂੰ ਵੀ ਚਲਾ ਦਿਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਸਾਡੇ ਸਰਪੰਚ ਸਾਹਿਬ ਕੀ ਗੱਲ ਹੈ ਮਾਰਦੇ ਦਾ ਸਰਪੰਚ ਸਾਹਿਬ ਵੀ ਬੈਠੇ ਸਾਡੇ ਵਿੱਚ ਔਰ ਸਾਰੀਆਂ ਮਹਾਨ ਸ਼ਖਸੀਅਤਾਂ ਔਰ ਸੋਨੂੰ ਸਿੰਘ ਤੇ ਕਰਨ ਬੇਦੀ ਜੀ ਉਹਨਾਂ ਦਾ ਮਿਊਜ਼ੀਕਲ ਗਰੁੱਪ ਸਾਡੇ ਵਿੱਚ ਪਹੁੰਚ ਚੁੱਕਾ ਸੋ ਸੁਣਦੇ ਹਾਂ ਜੀ ਇੱਕ ਦੋ ਸੌਂਗ ਦੇ ਨਾਲ ਮਿੱਠੀ ਜੀ ਆਵਾਜ਼ ਮਿਸਟਰ ਗਿਆਰੀ ਪਲੀਜ਼ ਕਮ ਆਨ
ਮੇਰੇ ਆਖਣਾ ਮੇਰੇ।